ਦੁਆਰਾ ਚੰਦਪੁਰੀ ਮਹਾਰਾਣੀ ਦਾ ਬੋਲ ਸਾਂਚੇ ਦਰਬਾਰ ਕੀ ਜੈ। ਅੱਜ ਅਸੀਂ ਰੈੱਡ ਜ਼ੋਨ ਕ੍ਰਾਈਮ ਨਿਊਜ਼ ਦੀ ਟੀਮ ਚਿੰਤਪੁਰਨੀ ਪਹੁੰਚੀ ਹੈ ਅਤੇ ਮਹਾਰਾਣੀ ਦੀ ਜੋਤਾਂ ਲੈਣ ਵਾਸਤੇ। ਨਵਰਾਤੇ ਆ ਰਹੇ ਨੇ, ਨੌ ਜੋਤਾਂ ਮਹਾਰਾਣੀ ਦੀਆਂ ਮੰਦਰ ਬਜਰੰਗ ਭਵਨ ਵਿੱਚ ਲੈ ਕੇ ਆਈਆਂ ਜਾ ਰਹੀਆਂ ਨੇ ਅਤੇ ਲੋਕਾਂ ਨੂੰ ਸਮੱਸਿਆ ਨੂੰ ਵੀ ਸਾਰੇ ਆ ਕੇ ਮਹਾਰਾਣੀ ਦੇ ਦਰਸ਼ਨ ਕਰੋ। ਹਮ ਹਰ ਸਾਲ ਕੀ ਤਰ੍ਹਾਂ ਇਸ ਸਾਲ ਹੀ ਮਾਂ ਚਿੰਤਪੁਰਨੀ ਕੀ ਜੋਤ ਜੋ ਕਿ ਜਿੰਦਾ ਕੈਂਟ ਮੰਦਿਰ ਸ਼੍ਰੀ ਬਜਰੰਗ ਭਵਨ ਮੇਂ ਲੈ ਕੇ ਜਾ ਰਹੇ ਹੈ। ਨੌ ਦੇਵੀਆਂ ਕੀ ਜੋਤੇ ਜੋ ਕਿ ਮਾਂ ਨੇ हमें 8 महीने बाद दर्शन दिए है कोरोना करके। कोरोना के बाद हम आज माँ चिंतापूर्णी दर्शन करने आए हैं। हमें ऐसे लगा कि हम स्वर्ग में आए हैं। माँ चिंतापूर्णी सबकी मनोकामना पूरी करे, जो कोरोना आया जो संकट आया उसको दूर से भगाए, जल्दी से जल्दी माँ चिंतापूर्णी अपने भक्तों को दर पे बुलाए। आज हम माँ चिंतापूर्णी की जोत लेने जलंधर कैंप से आए हैं और मंदिर श्री बजरंग भवन जलंधर छावनी में जो 9 जोतों में हम जोते पहुँच रही हैं। सभी जलंधर छावनियों से विनती है सब दर्शन करते हैं, मंदिर श्री बजरंग भवन में पहुँचे और महामाई का आशीर्वाद प्राप्त करें। आज चिंतापूर्णी से हम जोत लेके निकल चुके हैं जलंधर कैंप के लिए। ਅੱਜ ਸਾਡੀ ਟੀਮ ਰੈੱਡ ਜ਼ੋਨ ਕ੍ਰਾਈਮ ਨਿਊਜ਼ ਦੀ ਟੀਮ ਚਿੰਤਪੁਰਨੀ ਵਿਖੇ ਆਈ ਸੀਗੀ ਅਤੇ ਮਹਾਰਾਣੀ ਦੀ ਜੋਤ ਲੈ ਲਈ ਹੈ। ਅਤੇ ਹੁਣ ਅਸੀਂ ਚਿੰਤਪੁਰਨੀ ਤੋਂ ਜੋਤ ਲੈ ਕੇ ਛਾਉਣੀ ਨੂੰ ਰਵਾਨਾ ਹੋ ਰਹੇ ਹਾਂ ਮੰਦਰ ਬਜਰੰਗ ਭਵਨ ਵਿੱਚ।